अपनी धरती ते नाज करां। दुनिया उते राज करां। इदे रुखां दी छां च बह के इदी मिट्टी नू अखियां दा सुरमा बनावां, क्यों जे ए मिट्टी बड़ी वफादार है। आओ रल बैठ के FM 95 पंजाब रंग नाल अपने विचार सांझे करिए। FM 95 पंजाब रंग तुहाडा अपना रेडियो। पंजाब दी जिथे मेरे वीर भैणा बुजुर्ग बस रहे ने अपनी पंजाबी मां बोली नू कायम रखण वास्ते अपने पिछोकड़ नू सदा याद रखो। असी पंजाबी ते साडा दिल वी पंजाबी। तुसी सुन रहे हो FM 95 पंजाब रंग। मां बोली नाल प्यार करो, मां दा प्रचार करो। माँ है ते बच्चे नू जिन्ना हो सके पंजाबी बोलो, पंजाबी लिखो, पंजाबी दा प्रचार करो। ਮਿੱਤਰਾਂ ਦੀ ਮਜਮਾਣੀ ਖਾਤਰ ਲਹੂ ਦਿਲੇ ਦਾ ਛਾਣੀ ਦਾ ਕੱਢ ਕਲੇਜਾ ਕੀਤਮ ਬੈਰੇ ਸੋ ਵੀ ਲਾਇਕ ਨਹੀਂ ਤੇਰੇ ਹੋਰ ਤੋਫੀਕ ਨਹੀਂ ਕੁਝ ਮੇਰੇ ਪੀਓ ਕਟੋਰਾ ਪਾਣੀ ਦਾ। ਮਿੱਤਰਾਂ ਦੀ ਮਜਮਾਣੀ ਖਾਤਰ ਲਹੂ ਦਿਲੇ ਦਾ ਛਾਣੀ ਦਾ ਮਿੱਤਰਾਂ ਦੀ ਮਜਮਾਣੀ 'ਚ ਖਾਕਾਨ ਹੈਦਰ ਗਾਜ਼ੀ ਤੁਹਾਡੀ ਸੇਵਾ 'ਚ FM 95 ਪੰਜਾਬ ਰੰਗ ਤੋਂ ਸਾਰੇ ਮਿੱਤਰਾਂ ਨੂੰ ਅੱਜ ਦੇ ਇਸ ਪ੍ਰੋਗਰਾਮ 'ਚ ਜੀ ਆਇਆਂ ਨੂੰ ਆਖਦਾ। ਅਤੇ ਜੀ ਆਇਆਂ ਨੂੰ ਆਖਦੇ ਉਹਨਾਂ ਸਾਰਿਆਂ ਨੂੰ ਜਿਹੜੇ ਪ੍ਰੋਗਰਾਮ ਨੂੰ ਸੁਣ ਰਹੇ ਨੇ, ਜਿਹੜੇ ਪ੍ਰੋਗਰਾਮ 'ਚ ਕਾਲ ਕਰਦੇ ਨੇ, ਪ੍ਰੋਗਰਾਮ ਨੂੰ ਮਾਣਦੇ ਨੇ, ਜਾਣਦੇ ਨੇ, ਪਛਾਣਦੇ ਨੇ ਅਤੇ FM ਪੰਜਾਬ ਰੰਗ ਨੂੰ ਸਿਆਣਦੇ ਨੇ। ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਜੀ ਆਇਆਂ ਨੂੰ ਅੱਜ ਅਸੀਂ ਕਹਾਂਗੇ ਇੱਕ ਐਸੇ ਪ੍ਰਾਹੁਣੇ ਨੂੰ ਜਿਹੜਾ ਸਾਡੇ ਨਾਲ ਸਟੂਡੀਓ 'ਚ ਮੌਜੂਦ ਹੈ। ਉਹਨਾਂ ਦਾ ਜ਼ਿਕਰ ਮੈਂ ਤੁਹਾਡੇ ਨਾਲ ਇੱਕ ਪਲ ਤੋਂ ਬਾਅਦ ਕਰਾਂਗਾ। ਕਿਉਂ ਜੀ ਮਿੱਤਰਾਂ ਲਾਈ ਬਹਾਰ ਅਤੇ ਸਾਡਾ ਮਿੱਤਰਾਂ ਦੇ ਨਾਲ ਪਿਆਰ। ਸਭ ਮਿੱਤਰਾਂ ਦੀ ਰੱਖਣੀ ਪੈਂਦੀ ਸਾਨੂੰ ਦਿਲ ਤੋਂ ਸਾਰ ਤੇ ਸਾਰ ਬਹਾਰੀ ਪੁੱਛਣ ਸਭ ਥੀ ਚੇਤਰ ਦੇ ਦਿਨ ਚਾਰ ਤੇ ਚਾਰ ਦਿਨਾਂ ਦਾ ਚੇਤਰ ਸਾਹ ਦਾ ਛੱਡੀਏ ਕੂੜ ਵਪਾਰ। ਆਪਣੀ ਆਸ 'ਚ ਮਿੱਤਰ ਵਸਣ ਆਰ ਵਸਣ ਕੁਝ ਪਾਰ ਤੇ ਜੱਗ ਦੇ ਵਿਹੜੇ ਜੀਵਨ ਖੇਡੇ ਜਿੰਦ ਵਸੇ ਵਿਚਕਾਰ। ਸਾਈਂ ਸਾਹ ਸਾਹ ਅੰਦਰ ਵਸੇ ਸਾਹ ਆਪਣੀ ਸਰਕਾਰ। ਸਾਈਂ ਸਾਹ ਸਾਹ ਅੰਦਰ ਵਸੇ ਸਾਹ ਆਪਣੀ ਸਰਕਾਰ ਅਤੇ ਕੁਝ ਮਿੱਤਰ ਮੇਰੀ ਅੱਖ ਦਾ ਚਾਨਣ, ਕੁਝ ਮਿੱਤਰ ਨੇ ਤਾਰੇ ਅਤੇ ਕੁਝ ਮਿੱਤਰ ਨੇ ਧਰਤੀ, ਜਾਏ ਮਿੱਤਰਾਂ ਦਾ ਸੰਸਾਰ। ਪਾਰ ਹੋਏ ਨਾ ਪਾਰ ਅਤੇ ਸਾਡਾ ਮਿੱਤਰਾਂ ਦੇ ਨਾਲ ਪਿਆਰ ਅੱਜ ਵੀ 95 ਉੱਤੇ ਮਿੱਤਰਾਂ ਲਾਈ ਬਾਹਰ। ਮਿੱਤਰਾਂ ਲਾਈ ਬਾਹਰ 'ਚ ਖਾਕਾਨ ਹੈਦਰ ਗਾਜ਼ੀ ਤੁਹਾਡੇ ਨਾਲ ਅਤੇ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਹਦੇ 'ਚ ਸਾਡੇ ਨਾਲ ਕੋਈ ਜੀ ਹੁੰਦੇ ਨੇ, ਸਾਡੇ ਮੁਲਕ ਦਾ ਕੋਈ ਨਾਂ, ਵੱਡੀ ਸ਼ਖਸੀਅਤ, ਅਦਬ ਨਾਲ ਜੁੜੀ, ਲਿਟਰੇਚਰ ਨਾਲ ਜੁੜੀ, ਆਰਟ ਨਾਲ ਜੁੜੀ, ਕਲਾ ਨਾਲ ਜੁੜੀ, ਮੌਸੀਕੀ ਨਾਲ ਜੁੜੀ, ਇਹਨਾਂ ਸਾਰੇ ਪੱਖਾਂ 'ਤੇ ਅੱਜ ਸਾਡੇ ਨਾਲ ਜਿਹੜੀ ਇੱਕ ਸ਼ਖਸੀਅਤ ਨੇ ਉਹਨਾਂ ਦਾ ਤਾਲੁਕ ਜਿਹੜਾ ਨਾ ਉਹ ਸੁਰ ਨਾਲ ਏ, ਮੌਸੀਕੀ ਨਾਲ ਏ। ਅਤੇ ਮੇਰੇ ਮਿੱਤਰ ਰਾਣਾ ਬਾਬਰ ਹੋਰਾਂ ਮੈਨੂੰ ਦੱਸਿਆ, ਸਾਡੇ ਇੱਥੋਂ ਬਹੁਤ ਸੋਹਣੇ ਐਂਕਰ ਨੇ, ਬਹੁਤ ਸੋਹਣਾ ਸ਼ੋਅ ਕਰਦੇ ਨੇ, ਅਤੇ ਉਹਨਾਂ ਦੱਸਿਆ ਖਾਨ ਸਾਹਿਬ ਅੱਜ ਤੁਹਾਡੇ ਪ੍ਰੋਗਰਾਮ 'ਚ ਜਿਹੜੇ ਨਾ ਉਹ ਸਾਡੇ ਮਿੱਤਰ ਆ ਰਹੇ ਨੇ। ਬਹੁਤ ਸਕੋਰ ਉਹਨਾਂ ਦਾ, ਬਹੁਤ ਕੰਮ ਕੀਤਾ ਉਹਨਾਂ ਨੇ ਪਾਕਿਸਤਾਨ ਫਿਲਮ ਇੰਡਸਟਰੀ 'ਚ, ਬਹੁਤ ਸੋਹਣੇ ਸੋਹਣੇ ਗੀਤ ਬਣਾਏ ਨੇ ਉਹਨਾਂ ਨੇ। ਅਤੇ ਜਦੋਂ ਮੈਂ ਸੁਣਿਆ ਕਿ ਉਹ ਆ ਰਹੇ ਨੇ ਅਤੇ ਮੈਂ ਫਿਰ ਇੱਕ ਛੋਟੀ ਜਿਹੀ ਉਹ ਐਵੇਂ ਖੁਦ ਬ ਖੁਦ ਹੀ ਨਜ਼ਮ ਹੋ ਗਈ ਨਾ, ਕਈ
ਜਿਵੇਂ ਕਿਸੇ ਦੇ ਆਉਣ ਦੇ ਚਾਅ ਨਾਲ ਬੰਦਾ ਐਵੇਂ ਫਟਾਫਟ ਬਿਸਤਰਾ ਸਿੱਧਾ ਕਰਦਾ, ਕੋਈ ਕੁਰਸੀ ਸਿੱਧੀ ਕੀਤੀ, ਮੰਜੀ ਵਿਛਾਤੀ, ਫਟਾਫਟ ਬੁਲਾਇਆ ਬਾਹਰੋਂ, ਨਹਾਸ ਕੇ ਜਾਂ ਬੋਤਲ ਲੈ ਆਇਆ, ਚਾਹ ਲੈ ਆਇਆ, ਉਹ ਸ਼ਾਇਰ ਕੀ ਕਰ ਸਕਦਾ? ਸ਼ਾਇਰ ਕੋਲ ਕਲਮ ਹੁੰਦੀ, ਕਾਗਜ਼ ਹੁੰਦਾ, ਉਹਨੇ ਕਾਗਜ਼ ਕਲਮ ਫੜਿਆ, ਉਹ ਖਿਆਲ ਆ ਗਿਆ ਜ਼ਿਹਨ 'ਚ, ਖਿਆਲ ਦੇ ਪ੍ਰਾਹੁਣੇ ਨਸੇ ਨਸੇ ਆਏ ਉਹਨਾਂ ਨੇ ਜਨਾਬ, ਚਾਰ ਅੱਖਰ ਲਿਖ ਦਿੱਤੇ ਅਤੇ ਚਾਰ ਅੱਖਰ ਮੈਂ ਉਹ ਪ੍ਰਾਹੁਣੇ ਅੱਗੇ ਰੱਖ ਦਿੱਤੇ ਨੇ ਜੀ। ਅਤੇ ਇਸ ਤੋਂ ਪਹਿਲੇ ਕਿ ਮੈਂ ਉਹਨਾਂ ਦਾ ਨਾਂ ਦੱਸਾਂ, ਅਤੇ ਮੈਨੂੰ ਮੇਰਾ ਦਿਲ ਕਰਦਾ ਪਹਿਲੇ ਮੈਂ ਉਹ ਚਾਰ ਅੱਖਰ ਤੁਹਾਡੇ ਅੱਗੇ ਪੇਸ਼ ਕਰਦਾ। ਗੱਲ ਮੈਂ ਦੱਸ ਚੁੱਕਿਆ ਕਿ ਸੁਰ ਨਾਲ ਤੱਲੁਕ ਏ ਮੌਸੀਕਾਰ ਨੇ ਪਾਕਿਸਤਾਨ ਫਿਲਮ ਇੰਡਸਟਰੀ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਫਿਲਮਾਂ ਦਾ ਮਿਊਜ਼ਿਕ ਦੇ ਚੁੱਕੇ ਨੇ, ਉਹ ਫਿਲਮਾਂ ਜਿਨ੍ਹਾਂ ਨੇ ਪਾਕਿਸਤਾਨ ਦੀ ਹਿਸਟਰੀ 'ਚ ਰਿਕਾਰਡ ਬਿਜ਼ਨਸ ਕੀਤਾ। ਸੁਰ ਦੇ ਸਿਰਜਣਹਾਰ ਨਜ਼ਮ ਦਾ ਉਨਵਾਨ ਹੈ, ਸੁਰ ਦੇ ਸਿਰਜਣਹਾਰ ਜੀਵਨ ਦੇਣ ਸ਼ਿੰਗਾਰ, ਸੁਰ ਦੇ ਸਿਰਜਣਹਾਰ ਹਰ ਜੀਵਨ ਦੇਣ ਸ਼ਿੰਗਾਰ ਅਤੇ ਰੂਹ ਨੂੰ ਲਾਵਣ ਜਾਗ, ਰੂਹ ਨੂੰ ਲਾਵਣ ਜਾਗ ਠਾਠ ਚੋਂ ਲੱਭਣ ਰਾਗ, ਸੱਤ ਸੁਰਾਂ ਦੀ ਪਾਲ ਸੁਰ ਨਾਲ ਜੋੜਨ ਤਾਲ, ਸੱਤ ਸੁਰਾਂ ਦੀ ਪਾਲ ਸੁਰ ਨਾਲ ਜੋੜਨ ਤਾਲ, ਸਾਵੀ ਕਰੇ ਖਜ਼ਾਂ ਜਿੱਧਰ ਸੁਰ ਦੀ ਥਾਂ, ਸਾਵੀ ਕਰੇ ਖਜ਼ਾਂ ਜਿੱਧਰ ਸੁਰ ਦੀ ਥਾਂ, ਅਤੇ ਰੂਹ ਨੂੰ ਲੈਂਦੇ ਪਾਲ ਪਈ ਅੰਬਰਾਂ ਤੀਕਰ ਛਾਲ, ਰੂਹ ਨੂੰ ਲੈਂਦੇ ਪਾਲ ਪਈ ਅੰਬਰਾਂ ਤੀਕਰ ਛਾਲ, ਸੁਰ ਦੇ ਸਿਰਜਣਹਾਰ ਜੀਵਨ ਦੇਣ ਸ਼ਿੰਗਾਰ। ਇਹ ਨਜ਼ਮ ਮੈਂ ਲਿਖੀ ਜਨਾਬ ਪਾਕਿਸਤਾਨ ਫਿਲਮ ਇੰਡਸਟਰੀ ਦੇ ਮਾਰੂਫ ਮੌਸੀਕਾਰ ਜ਼ੁਲਫਕਾਰ ਅਲੀ ਹੋਰਾਂ ਲਈ, ਅਤੇ ਜ਼ੁਲਫਕਾਰ ਅਲੀ ਸਾਡੇ ਨਾਲ ਨੇ, ਅਸੀਂ ਉਹਨਾਂ ਨੂੰ ਅੱਜ ਦੇ ਇਸ ਪ੍ਰੋਗਰਾਮ 'ਚ ਜੀ ਆਇਆਂ ਨੂੰ ਆਖਦੇ ਹਾਂ। ਜੀ ਜ਼ੁਲਫਕਾਰ ਸਾਹਿਬ, ਜੀ ਆਇਆਂ ਨੂੰ। ਜੀ ਆਇਆਂ ਨੂੰ ਜੀ। ਪਹਿਲੇ ਤਾਂ ਮੈਂ ਆਪਣੇ ਭੈਣ ਭਰਾਵਾਂ ਮਿੱਤਰਾਂ ਸੱਜਣਾਂ ਨੂੰ ਜੀ ਆਇਆਂ ਨੂੰ ਕਹਿੰਦਾ, ਉਹਨਾਂ ਨੂੰ ਪਿਆਰ ਦੇ ਨਾਲ ਮੇਰਾ ਸਲਾਮ ਕਬੂਲ ਕਰਨ, ਅਤੇ ਦੂਜਾ ਮੈਂ ਤੁਹਾਡਾ ਬੜਾ ਮਸ਼ਕੂਰ ਹਾਂ ਬਾਬਾ ਸਾਹਿਬ ਕਿ ਤੁਸੀਂ ਮੇਰੀ ਸ਼ਾਨ 'ਚ, ਮੈਂ ਤਾਂ ਬੜਾ ਛੋਟਾ ਜਿਹਾ ਬੰਦਾ, ਤੁਸੀਂ ਐਡਾ ਵੱਡਾ ਸ਼ੇਰ ਕਹਿ ਦਿੱਤਾ। ਮੇਰੀ ਸ਼ਾਨ ਤਾਂ ਸਿਫਤ ਦੀ ਹੁੰਦੀ ਹੈ ਨਾ, ਜਿਹੜੀ ਤੁਹਾਡੇ 'ਚ ਗੁਣ ਹੈਗਾ ਨਾ, ਅਤੇ ਉਹ ਗੁਣ ਸ਼ਾਨ ਕਰਾ ਲੈਂਦਾ ਆਪਣੀ ਨਾ। ਮੈਂ ਤੁਸੀਂ ਐਡਾ ਵੱਡਾ ਸ਼ੇਰ ਮੇਰੇ 'ਤੇ ਕਿਹਾ, ਅੱਲਾਹ ਤੁਹਾਨੂੰ ਸਲਾਮਤ ਰੱਖੇ। ਮਿਹਰਬਾਨੀ ਤੁਹਾਡੀ, ਮੁਹੱਬਤ ਤੁਹਾਡੀ। ਗੱਲ ਇੱਕ ਸ਼ੇਰ ਹੋ ਗਿਆ ਨਾ, ਸ਼ੇਰ ਨੇ ਤੇ ਆਪਣੀ ਆਪਣੇ ਆਪ ਨੂੰ ਇਹ ਕਹਿੰਦਾ, ਖਸ਼ ਖਸ਼ ਜਿੰਨਾ ਕਦਰ ਨਾ ਮੇਰਾ, ਵਾਹ ਵਾਹ ਵਾਹ, ਖਸ਼ ਖਸ਼ ਜਿੰਨਾ ਕਦਰ ਨਾ ਮੇਰਾ, ਵਾਹ, ਤੇ ਸਾਹਿਬ ਨੇ ਵਡਿਆਈਆਂ, ਆਹਾ ਹਾ ਹਾ, ਮੈਂ ਗਲੀਆਂ ਦਾ ਰੂੜਾ ਕੂੜਾ, ਵਾਹ, ਤੇ ਮਹਿਲ ਚੜਾਇਆ ਸਾਈਆਂ, ਕਿਆ ਬਾਤ, ਮੈਂ ਤੇ ਕਿਹਾ ਸੀ ਬਿਲਕੁਲ ਮਹਿਲ ਸਾਈਆਂ ਚੜਾਇਆ, ਔਰ ਸਾਈਂ ਹੀ ਸਾਈਂ ਸਾਹ ਸਾਹ ਅੰਦਰ ਵਸੇ, ਤੇ ਸਾਹ ਆਪਣੀ ਸਰਕਾਰ, ਸੁਭਾਨ ਅੱਲਾਹ। ਇਹ ਸਾਈਆਂ ਦਾ ਹੀ ਸਾਰਾ ਕਰਮ ਹੈਗਾ ਕਿ ਮੈਂ ਸਮਝਣਾ ਜ਼ੁਲਫਕਾਰ ਸਾਹਿਬ ਕਿ ਜਿਹੜਾ ਆਰਟ ਕਲਾ 'ਚ ਨਾਂ ਹੈ ਉਹਦੇ 'ਚ ਗੁਣ ਦੇ ਵਿੱਚ ਬਰਕਤ ਕਰਮ ਨਾਲ ਹੁੰਦੀ ਹੈ, ਬੇਸ਼ੱਕ, ਤੇ ਜੇ ਸਾਈਆਂ ਦਾ ਕਰਮ ਆ ਜਾਵੇ ਨਾ ਤੇ ਚੀਜ਼ ਲੋਕਾਂ ਤੱਕ ਪਹੁੰਚ ਜਾਂਦੀ। ਸੁਭਾਨ ਰੱਬੀ ਆਲਾ ਜੀ, ਬੇਸ਼ੱਕ ਬੇਸ਼ੱਕ। ਰਗਾਨ ਸਾਹਿਬ, ਮੈਨੂੰ ਆ ਕੇ ਬੜਾ ਅੱਛਾ ਮਹਿਸੂਸ ਹੋ ਰਿਹਾ, ਉਹ ਮੇਰਾ ਦਿਲ ਕਰਦਾ ਕਿ ਮੈਂ ਇੱਥੇ ਬੈਠਾ ਰਹਾਂ। ਜੀ ਜੀ, ਤੁਸੀਂ ਬੈਠੋ, ਪ੍ਰੋਗਰਾਮ ਖਤਮ ਹੀ ਨਾ ਹੋਵੇ। ਨਹੀਂ, ਅੱਜ ਨਹੀਂ ਮੁੱਕਣ ਦਿੰਦੇ ਪ੍ਰੋਗਰਾਮ। ਤੇ ਅੱਛਾ, ਬੈਠ ਕੇ ਗੱਲਾਂ ਕਰੀਏ ਕੁਛ ਪਿਆਰ ਦੀਆਂ, ਆਪਣੇ ਸੱਜਣਾ ਮਿੱਤਰਾਂ ਨੂੰ ਕੁਛ ਗੱਲਾਂ ਪਿਆਰ ਦੀਆਂ ਸੁਣਾਈਏ ਜੀ, ਕੋਈ ਮੌਸੀਕੀ, ਕਿਉਂਕਿ ਸਾਡੀ ਮੌਸੀਕੀ ਤਾਂ ਦੁਨੀਆ ਨਾਰਾਜ਼ ਹੋ ਗਈ ਹੈ, ਸਾਡੇ ਕੁਝ ਨਾ ਭੈਣ ਭਰਾ ਨਾ ਜਿਹੜੇ ਮੌਸੀਕੀ ਸੁਣਨ ਵਾਲੇ ਸਨ, ਉਹ ਨਾਰਾਜ਼ ਹੋਏ ਨੇ। ਬਿਲਕੁਲ ਸਹੀ, ਉਹਨਾਂ ਨੂੰ ਅਸੀਂ ਦਿੱਤਾ ਵੀ ਕੁਛ ਨਹੀਂ। ਅੱਛਾ, ਮੈਂ ਆਪਣੇ ਮਿੱਤਰਾਂ ਨੂੰ ਇਹ ਗੱਲ ਦੱਸਦਾ ਜਾਵਾਂ, ਮੈਂ ਬਹੁਤ ਘੱਟ ਇੰਟਰਵਿਊ 'ਚ ਇਹ ਗੱਲ ਕੀਤੀ ਹੈ, ਜਦੋਂ ਜਿੱਥੇ ਕਿਤੇ ਵੀ ਮੇਰਾ ਐਜ਼ ਏ ਰਾਈਟਰ ਇੰਟਰਵਿਊ ਹੋਇਆ, ਅਤੇ ਮੈਂ ਦੱਸਦਾ ਜਾਵਾਂ ਮਿੱਤਰਾਂ ਨੂੰ ਕਿ ਮੈਂ ਆਪਣੀ ਫਿਲਮ ਬਸੰਤੀ ਲਿਖਦੇ ਹੋਇਆ ਹਸਨ ਅਸਕਰੀ ਸਾਹਿਬ ਨੂੰ ਜਦੋਂ ਕਿਹਾ, ਅਤੇ ਮੈਂ ਕਿਹਾ ਸੀ ਜੀ ਇਸ ਫਿਲਮ ਦਾ ਅਗਰ ਕੋਈ ਮੌਸੀਕਾਰ ਹੋ ਸਕਦਾ ਤਾਂ ਉਹ ਜ਼ੁਲਫਕਾਰ ਅਲੀ ਹੋ ਸਕਦਾ, ਅਤੇ ਉਹ ਮੇਰੀ ਮਤਲਬ ਕਿਸਮਤ 'ਚ ਉਦੋਂ ਨਹੀਂ ਸੀ, ਹੁਣ ਇਨਸ਼ਾਅੱਲਾ ਕਿਸੇ ਨਾ ਕਿਸੇ ਵੇਲੇ ਅਸੀਂ ਇਕੱਠੇ ਕੰਮ ਜ਼ਰੂਰ ਕਰਾਂਗੇ। ਔਰ ਅੱਜ ਅਸੀਂ ਇਸ ਹਵਾਲੇ ਨਾਲ ਵੀ ਸਾਰੇ ਮਿੱਤਰਾਂ ਨੂੰ ਦੱਸਦੇ ਚੱਲੀਏ ਕਿ ਚੰਨਾ ਸੱਚੀ ਮੁੱਚੀ ਫਿਲਮ ਦੀ ਮੌਸੀਕੀ ਰੀਸੈਂਟਲੀ ਜ਼ੁਲਫਕਾਰ ਅਲੀ ਸਾਹਿਬ ਨੇ ਦਿੱਤੀ, ਅਤੇ ਬਹੁਤ ਸੋਹਣੀ ਮੌਸੀ, ਜਿਵੇਂ ਇਹਨਾਂ ਦਾ ਸਕੋਰ ਸਾਨੂੰ ਨਜ਼ਰ ਆਉਂਦਾ ਪਿੱਛੇ, ਚੂੜੀਆਂ, ਮਹਿੰਦੀ ਵਾਲੇ ਹੱਥ, ਔਰ ਰੀਸੈਂਟਲੀ ਫਿਰ ਮਜਾਜਣ, ਮਜਾਜਣ ਤੋਂ ਬਾਅਦ ਹੈ ਹੁਣ ਫਿਲਮ ਆ ਗਈ ਚੰਨਾ ਸੱਚੀ ਮੁੱਚੀ ਕੱਚ ਦਾ, ਉਸ ਤੋਂ ਪਹਿਲੇ ਜਿਹੜੀ ਫਿਲਮ ਸੀ ਇੱਕ ਹੋਰ ਮੇਰੇ ਚ ਨਾਂ ਨਿੱਕੀ ਜੀ, ਹਾਂ ਨਿੱਕੀ ਜੀ, ਚੁਦਰਾਣੀ, ਨਿੱਕੀ ਜੀ ਹਾਂ, ਚੁਦਰਾਣੀ ਦਾ ਗੀਤ ਵੇਖੋ ਨਾ, ਗੱਲ ਸੁਣਵੇ, ਆਇਆ ਵੇ ਤੇ ਬੈਠ ਜ਼ਰਾ, ਕਿਆ ਖੂਬਸੂਰਤ ਗੀਤ ਬਣਾਇਆ ਉਹ, ਔਰ ਮੈਂ ਉਹ ਗਾਣਾ ਅਕਸਰ ਚਲਾ ਕੇ ਸੁਣਨਾ ਹੁੰਦਾ ਇੱਥੇ। ਅੱਜ ਇੱਕ ਮਜਾਜਾ ਆਪਣਾ ਗਾਣਾ ਸੁਣਨੇ ਆ ਚੰਨਾ ਸੱਚੀ ਮੁੱਚੀ ਦਾ, ਔਰ ਚੰਨਾ ਸੱਚੀ ਮੁੱਚੀ ਦੀ ਮੌਸੀਕੀ ਤੁਸੀਂ ਉਹਦੇ ਵਿੱਚ ਜਿਹੜਾ ਗੁਣ ਇਸਤੇਮਾਲ ਕੀਤਾ ਹੈ ਉਹਦੇ 'ਤੇ ਅਸੀਂ ਅੱਗੇ ਗੱਲ ਕਰ ਰਹੇ ਹਾਂ ਜਾ ਕੇ, ਕਿ ਉਹਦੇ 'ਤੇ ਕੀ ਉਹਦੇ 'ਚ ਸਿਚੁਏਸ਼ਨਸ ਕੀ ਸਨ, ਸਿਚੁਏਸ਼ਨ ਦੇ ਉੱਤੇ ਤੁਸੀਂ ਕਿਸ ਤਰ੍ਹਾਂ ਗੀਤਾਂ ਨੂੰ ਜਿਹੜਾ ਨਾ ਬਣਾਇਆ, ਔਰ ਉਹਨਾਂ ਦੀ ਮੌਸੀਕੀ ਕਿਸ ਤਰ੍ਹਾਂ ਦਿੱਤੀ। ਔਰ ਮਿੱਤਰਾਂ ਨੂੰ ਇਹ ਵੀ ਦੱਸਦਾ ਚੱਲਾਂ ਕਿ ਜ਼ੁਲਫਕਾਰ ਅਲੀ ਇਸ ਵੇਲੇ ਉਹ ਮੌਸੀਕਾਰ ਨੇ ਜਿਨ੍ਹਾਂ ਨੇ ਮੈਨੂਅਲ ਸਾਜ਼ ਦੇ ਨਾਲ ਅਹਿਸਾਸ ਜਿਹੜਾ ਨਾ
किसी भी दुख दर्द खुशी गम जिहड़ा भी गीत च एहसास हुंदा है उहनू इन्हां ने साज दे नाल जिहड़ा ना जोड़ के रख्या, क्योंकि जदों असल साज वजदा उच्चों सुर निकलदा, उच्चों दर्द निकलदी, उच्चों खुशी दी सारे स्नेह मिलदे ने, ते इन्हां ने उस स्नेह नू कायम रख्या। एक ट्रैक सुनना चन्ना सची मुची का, वापस आने गपशप लाने, अजरा जहां ने गाया और एक बहुत सोहना ट्रैक, मैनू बहुत पसंद है।